ਕਰੇ ਸਭ ਤੋਂ ਬਾਅਦ ਉਹ ਅਜੀਬ ਕੈਨੇਡਾ ਦੇ ਫੈਡਰਲ ਢਾਂਚੇ ਦੀ ਗੱਲ ਕਰਾਂਗੇ ਥੋੜੀ ਜੀ ਕਿ ਕੈਨੇਡਾ ਦੀਆਂ ਪੋਲੀਟੀਕਲ ਪਾਰਟੀਆਂ ਕਿਦਾਂ ਆਪਣੇ ਕੰਮ ਕਰ ਚਲਾਉਂਦੀਆਂ ਨੇ ਕੈਨੇਡਾ ਦੀਆਂ ਜਿਹੜੀਆਂ ਡੈਮੋਕ੍ਰੇਸੀ ਆ ਉਹ ਲੋਕਾਂ ਦੇ ਵਿੱਚ ਕਿੰਨੀ ਕ ਡੈਮੋਕ੍ਰੇਸੀ ਵਿਦਨ ਦਾ ਪੋਲੀਟੀਕਲ ਪਾਰਟੀਆਂ ਕਿੰਨੀ ਕ ਤੇ ਲੋਕ ਉਹਦੇ ਬਾਰੇ ਕੁਝ ਐਹੋ ਜਿਹੀਆਂ ਜਿੱ ਗੱਲਾਂ ਜਾਣਣਗੇ ਜਿਹੜੀਆਂ ਸ਼ਾਇਦ ਕਦੇ ਧਿਆਨ ਹਿੱਤ ਨਾ ਆਉਂਦੀਆਂ ਹੋਣ ਹੁਣ ਲੋਕਾਂ ਦੇ ਕਨਸਰਨ ਜਾਂ ਸਵਾਲ ਇਹਦੇ ਬਾਬਤ ਕੀ ਹੁੰਦੇ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਨਾਲ ਦੇ ਨਾਲ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਗੱਲਾਂ ਕਰਦੇ ਕਿ ਇੰਟਰਸਟ ਰੇਟ ਬਹੁਤ ਵੱਧ ਗਿਆ ਇੰਟਰਸਟ ਰੇਟ ਵੱਧਣ ਤੋਂ ਬਾਅਦ ਫਿਰ ਘਰਾਏ ਬਹੁਤ ਵੱਧ ਗਏ ਘਰਾਂ ਦੇ ਸੋ ਹੁਣ ਰੈਂਟ ਕਿਹੜੇ ਹਿਸਾਬ ਦੇ ਨਾਲ ਕਿਹੜੇ ਸੂਬੇ 'ਚ ਕਿੰਨਾ ਆ ਉਹਦੇ ਪਿੱਛੇ ਕੀ ਕਾਰਨ ਹੈ ਕੀ ਫਾਰਮੂਲਾ ਜਿਹੜਾ ਹੁਣ ਤੱਕ ਰੈਂਟ ਕੈਲਕੂਲੇਟ ਕਰਨ ਲਈ ਕਵਰ ਜਿਹੜਾ ਚੱਲਦਾ ਸੀਗਾ ਕਿ ਅੱਜ ਅਸੀਂ ਉਸ ਫਾਰਮੂਲੇ ਦੇ ਨਾਲ ਕੈਨੇਡਾ ਦੇ ਵਿੱਚ ਲੋਕ ਰੈਂਟ ਪੇ ਕਰਦੇ ਪਏ ਨੇ ਕਮਾਈਆਂ ਦੇ ਹਿਸਾਬ ਨਾਲ ਖਰਚੇ ਕਿੱਥੇ ਖੜੇ ਨੇ ਆਉਣ ਵਾਲੀ ਸਥਿਤੀ ਦੇਸ਼ ਦੀ ਸੂਬਿਆਂ ਦੀ ਕੀ ਹੋਊਗੀ ਇਹ ਆਪਣੇ ਆਪ 'ਚ ਜਿਹੜੀ ਸੁਸਾਇਟੀ ਦਾ ਇੱਕ ਵੱਡਾ ਸਵਾਲ ਹੋਏਗਾ ਪਰ ਸਭ ਤੋਂ ਪਹਿਲਾਂ ਜਿਹੜੀ ਗੱਲ ਤੁਹਾਡੇ ਨਾਲ ਗੱਲ ਸਭ ਕਰਨੀ ਆ ਜਦੋਂ ਵੀ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਚਾਹੇ ਫੈਡਰਲ ਟਾਂਚੇ ਦੀਆਂ ਹੋਣ ਚਾਹੇ ਕਿਸੇ ਸੂਬੇ ਦੀਆਂ ਹੋਣ ਉਹਦੇ ਵਿੱਚ ਸਿਹਤ ਤੁਹਾਡੀ ਹੈਲਥ ਉਹ ਇੱਕ ਵੱਡਾ ਕਨਸਰਨ ਹੁੰਦਾ ਹੈ ਦੁਨੀਆਂ 'ਚ ਤਕਰੀਬਨ ਹਰ ਥਾਂ 'ਤੇ ਇਹਦੇ 'ਤੇ ਗੱਲਾਂ ਬਾਤਾਂ ਹੁੰਦੀਆਂ ਜ਼ਰੂਰ ਨੇ ਪਰ ਉਹਨਾਂ ਨੂੰ ਲਾਗੂ ਕਿੰਨੀਆਂ ਕੋ ਹੁੰਦੀਆਂ ਨੇ ਇਹ ਆਪਣੇ ਆਪ 'ਚ ਵੱਡੇ ਸਵਾਲ ਨੇ ਜਿਹੜੀ ਖਬਰ ਹਾਲੀ ਵਿੱਚ ਪਹਿਲਾਂ ਮੈਂ ਉਤੋਂ ਸ਼ੁਰੂਆਤ ਕਰਦਾ ਸਰੀ ਦੇ ਵਿੱਚ ਵੱਡੀ ਆਬਾਦੀ ਹੈ ਜੀ ਪੰਜਾਬੀਆਂ ਦੀ ਤੇ بڑے ਚੁਣੇ ਹੋਏ ਨੁਮਾਇंदे ਸਰੀ ਹੁਣ ਤੱਕ ਦੇ ਚੁੱਕਾ ਹੈ ਜਿਹੜੇ ਸਥਾਨਕ ਸਰਕਾਰਾਂ ਦੇ ਵਿੱਚ ਬੈਠੇ ਨੇ ਪਿਛਲੇ ਸਾਲਾਂ ਵਿੱਚ ਵੀ ਬੈਠੇ ਰਹੇ ਨੇ ਤੇ ਆਗਾਮੀ ਬੈਠਣਗੇ ਪਰ ਜਿਹੜਾ ਸਰੀ ਦੇ ਵਿੱਚ ਹਸਪਤਾਲ ਦਾ ਮੁੱਦਾ ਹੈ ਮੈਨੂੰ ਤਾਂ ਖਿਆਲ ਥੋੜੀ ਜਿਹੀ ਸਾਲ ਹੋਏ ਇਸ ਚੀਜ਼ ਨੂੰ ਵੇਖਦਿਆਂ ਪਰ ਜਦੋਂ ਪਿਛਲੇ 10 15 20 ਸਾਲ ਬਾਰੇ ਪੜਿਆ ਕਿ ਇਹ ਹਸਪਤਾਲ ਦਾ ਮੁੱਦਾ ਜਿਉਂ ਦਾ ਤਿਉਂ ਚੱਲਦਾ ਆ ਰਿਹਾ ਤੁਹਾਡੇ ਕੋਲੋਂ ਪੁੱਛਣਾ ਜੀ ਇਹ ਗੱਲ ਹੈ ਕਿ ਆਖਿਰਕਾਰ ਮੁੱਦਾ ਸੀਗਾ ਕਿੰਨਾ ਕੁ ਪੁਰਾਣਾ ਤੇ ਇਹਨੂੰ ਇਹਦੇ ਵਿੱਚ ਮਧਾਣੀ ਪਈ ਕਦੋਂ ਦੀ ਹੈ ਕਿਉਂਕਿ ਹੁਣ ਹਾਲ ਹੀ ਵਿੱਚ ਅਨਾਊਂਸਮੈਂਟ ਇੱਕ ਨਵੇਂ ਐਕਿਊਟ ਕੇਅਰ ਟਾਵਰ ਦੀ ਆਈ ਹੈ ਕਿ ਸਰੀ ਹਸਪੀਟਲ ਨਾਲ ਬਣਨਾ ਬਹੁਤ ਵਧੀਆ ਗੱਲ ਹੈ ਪਹਿਲਾਂ ਇਹ ਖਬਰ ਬਾਰੇ ਦੱਸ ਦਿਓ ਫਿਰ ਇਹਦੇ ਪਿੱਠ ਭੂਮੀ ਦੇ ਇਤਿਹਾਸ ਬਾਰੇ ਵੀ ਥੋੜਾ ਜਰੂਰ ਦੱਸਿਓ ਬਿਲਕੁਲ ਦੇਖੋ ਸਰੀ ਦੇ ਵਿੱਚ ਜਿਹੜਾ ਨਿਊ ਕਿਊਟ ਕੇਅਰ ਟਾਵਰ ਬਣ ਰਿਹਾ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਉਹਦੀ ਅਨਾਊਂਸਮੈਂਟ ਕੀਤੀ ਹੈ ਪ੍ਰੀਮੀਅਰ ਨੇ ਸਰਿਆਂ ਨੂੰ ਪਤਾ ਕਿ ਸਰੀ ਦੀ ਪੋਪੂਲੇਸ਼ਨ ਕਾਫੀ ਵੱਧ ਰਹੀ ਹੈ 7 ਲੱਖ ਦੇ ਕਰੀਬ ਐਸ ਵੇਲੇ ਸਰੀ ਦੀ ਪੋਪੂਲੇਸ਼ਨ ਹੈ ਜਿਹੜੀ ਕਿ 3.8% 2023 ਦੇ ਵਿੱਚ ਵਧੀ ਹੈ ਹਰ ਸਾਲ ਵਧੀ ਹੈ ਭਾਵੇਂ ਕਿ ਸਰੀ ਦੇ ਵਿੱਚ 2000 ਤੋਂ ਵੱਧ ਲੋਕੀ ਇੱਕ ਮਹੀਨੇ ਦੇ ਵਿੱਚ 2022-23 ਦੇ ਵਿੱਚ ਆਉਂਦੇ ਰਹੇ ਨੇ ਕਿਆ ਬਾਤ ਹੁਣ ਪ੍ਰੀਮੀਅਰ ਡੇਵਿਡ ਹੈਪੀ ਨੇ ਕਿਹਾ ਕਿ ਜਿਹੜਾ ਨਵਾਂ ਟਾਵਰ ਬਣਾਉਣ ਜਾ ਰਹੇ ਹਾਂ ਅਸੀਂ ਇਹ ਜਿਹੜੇ ਸਰੀ ਦੇ ਰੈਜ਼ੀਡੈਂਟ ਨੇ ਉਹਨਾਂ ਨੂੰ ਟਾਪ ਕੁਆਲਿਟੀ ਮਟਰਨਿਟੀ ਕੇਅਰ ਤੇ ਸਪੈਸ਼ਲਿਟੀ ਕੇਅਰ ਪ੍ਰਦਾਨ ਕਰੇਗਾ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੈਸ਼ਰ ਹੈ ਕਰਾਉਡਡ ਓਵਰ ਕਰਾਉਡਡ ਐਮਰਜੈਂਸੀ ਰੂਮਾਂ ਤੋਂ ਉਹ ਘਟ ਜਾਏਗਾ ਤੇ ਇਹਦੇ ਨਾਲ ਪੀਡੀਆਟ੍ਰਿਕ ਕੇਅਰ ਤੇ ਜਿਹੜੀਆਂ ਹਸਪੀਟਲ ਦੀਆਂ ਬਾਕੀ ਤਰ੍ਹਾਂ ਦੀਆਂ ਕੇਅਰਸ ਨੇ ਉਹਨਾਂ ਦੇ ਲਈ ਇੱਕ ਵਧੀਆ ਐਕਸੈਸ ਮਿਲੇਗੀ ਲੋਕਾਂ ਨੂੰ ਉਹ ਹੈਲਥ케ਅਰ ਦੀਆਂ ਫੈਸਿਲਿਟੀਆਂ ਲੈਣ ਦੇ ਲਈ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਐਡੀਕੁਏਟ ਐਕਸੈਸ ਹੋਊਗਾ ਟੂ ਕੀਪ ਅਪ ਵਿਦ ਅ ਗਰੋਇੰਗ ਪੋਪੂਲੇਸ਼ਨ ਜਿੰਨੀ ਪੋਪੂਲੇਸ਼ਨ ਵੱਧਦੀ ਹੈ ਉਹਦੇ ਨਾਲ ਐਕਸੈਸ ਵੀ ਵਾਜੂ ਹੋਵੇ ਉਹਦਾ ਦੀ ਚੀਜ਼ ਉਹਨਾਂ ਨੇ ਕਿਹਾ ਤੇ ਨਾਲ ਉਹਨਾਂ ਨੇ ਕਿਹਾ ਕਿ ਲੌਂਗ ਵੇਟ ਜਿਹੜਾ ਐਮਰਜੈਂਸੀ ਰੂਮ ਚ ਕਰਨਾ ਪੈਂਦਾ ਉਹ ਘਟ ਜਾਏਗਾ ਕਿਉਂਕਿ ਉਹਨਾਂ ਦੇ ਐਮਰਜੈਂਸੀ ਰੂਮ ਤੇ ਪ੍ਰੈਸ਼ਰ ਘਟੇਗਾ ਵਰਲਡ ਕਲਾਸ ਹੈਲਥ케ਅਰ ਲੋਕਾਂ ਲਈ ਅਵੇਲੇਬਲ ਹੋਏਗੀ ਮੈਂ ਇਥੇ ਇਹ ਕੁਐਸਚਨ ਪੁੱਛਣਾ ਚਾਹੁੰਨਾ ਜਾਂ ਲੋਕ ਇਹ ਕੁਐਸਚਨ ਪੁੱਛਣਾ ਚਾਹੁੰਦੇ ਨੇ ਕਿ ਸਰੀ ਦੇ ਵਿੱਚ ਟੌਪ ਕੁਆਲਿਟੀ ਹੈਲਥ케ਅਰ ਪ੍ਰੋਵਾਈਡ ਕਰਨ ਦੇ ਲਈ ਉਹ ਇੱਕ ਟਾਵਰ ਬਣਾ ਰਹੇ ਨੇ ਸਿਰਫ ਹਸਪੀਟਲ ਦੇ ਵਿੱਚ ਭਾਵ ਇੱਕ ਨਵਾਂ ਹਸਪੀਟਲ ਨਹੀਂ ਬਣਨ ਜਾ ਰਿਹਾ ਕੁਝ ਦੇਰ ਪਹਿਲਾਂ ਜਦੋਂ ਪਹਿਲੀ ਗਵਰਨਮੈਂਟ ਸੀ ਤਾਂ ਉਹਨਾਂ ਨੇ ਬੜੀਆਂ ਅਨਾਊਂਸਮੈਂਟਾਂ ਕੀਤੀਆਂ ਹਰ ਵਾਰੀ ਹਰ ਇਲੈਕਸ਼ਨ ਤੋਂ ਪਹਿਲਾਂ ਹਰ ਗਵਰਨਮੈਂਟ ਹਰ ਪਾਰਟੀ ਅਨਾਊਂਸਮੈਂਟ ਕਰਦੀ ਐ ਸਰੀ ਮੋਰੀਅਲ ਹਸਪੀਟਲ ਨੂੰ ਉਹਦੀ ਕੈਪੈਸਿਟੀ ਨੂੰ ਵਧਾਉਣ ਦੇ ਲਈ ਜਾਂ ਸਰੀ ਦੇ ਵਿੱਚ ਇੱਕ ਨਵਾਂ ਹਸਪੀਟਲ ਬਣਾਉਣ ਦੇ ਵਿੱਚ ਹੁਣ ਵਿਨਕੂਵਰ ਏਰੀਆ ਦੇ ਵਿੱਚ 6 ਹਸਪੀਟਲ ਨੇ ਸਰੀ ਦੇ ਵਿੱਚ ਇੱਕ ਹਸਪੀਟਲ ਹੈ ਜਿਵੇਂ ਕਾਹਲੋ ਸਾਹਿਬ ਤੁਹਾਨੂੰ ਇਹ ਦੱਸਾਂ ਕਿ ਕੈਨੇਡਾ ਦੇ ਵਿੱਚ ਟੋਟਲ 1280 ਹਸਪੀਟਲ ਨੇ ਅੱਛਾ ਜੀ 40 ਮਿਲੀਅਨ ਦੀ ਪਾਪੂਲੇਸ਼ਨ ਹੈ ਦਾ ਮਤਲਬ ਇਹ ਹੋਇਆ 31600 ਲੋਕਾਂ ਦੇ ਲਈ ਇੱਕ ਹਸਪੀਟਲ ਹੈ ਓਕੇ ਟੈਰੀਓ ਦੇ ਵਿੱਚ 39000 ਲੋਕਾਂ ਦੇ ਲਈ ਇੱਕ ਬੈਕ ਦੇ ਵਿੱਚ 40 ਦੇ ਲਈ ਅਲਬਰਟਾ ਚ 26000 ਲਈ ਤੇ BC ਚ 38500 ਲੋਕਾਂ ਦੇ ਲਈ ਇੱਕ ਹਸਪੀਟਲ ਹੈ ਪਰ ਸਰੀ ਦੇ ਵਿੱਚ 700 ਹਜ਼ਾਰ ਭਾਵ 7 ਲੱਖ ਲੋਕਾਂ ਦੇ ਲਈ ਇੱਕ ਹਸਪੀਟਲ ਹੈ ਇਹਦਾ ਮਤਲਬ ਇਹ ਹੋਇਆ ਕਿ ਸਰੀ ਦੀ ਰੇਸ਼ਿਓ ਹੈ ਜਿਹੜੀ ਉਹ 20 ਗੁਣਾ ਨਾਲੋਂ ਵੀ ਵੱਧ ਹੂੰ ਇਹਦਾ ਮਤਲਬ ਸਰੀ ਦੀ ਜਿਹੜੀ ਸਿਚੁਏਸ਼ਨ ਆ ਇਹਨੂੰ ਇੱਕ ਬੈਂਡੇਡ ਸੋਲੂਸ਼ਨ ਦੇ ਨਾਲ ਇੱਕ ਅਨਾਉਂਸਮੈਂਟ ਦੇ ਨਾਲ ਹੀ ਨਹੀਂ ਠੀਕ ਕੀਤਾ ਜਾ ਸਕਦਾ ਇੱਥੇ ਇੱਕ ਹਸਪੀਟਲ ਜਾਂ ਦੋ ਹਸਪੀਟਲ ਜਾਂ ਤਿੰਨ ਹਸਪੀਟਲ ਬਣਨੇ ਬਹੁਤ ਜ਼ਰੂਰੀ ਨੇ ਜੇ ਅਸੀਂ ਦੇਖੀਏ ਕਿ ਜੇ ਇਹਨੂੰ ਬਾਕੀ ਐਵਰੇਜ ਦੇ ਬਰਾਬਰ ਲੈ ਕੇ ਜਾਣਾ ਤਾਂ ਇੱਥੇ 20 ਹਸਪੀਟਲ ਚਾਹੀਦੇ ਨੇ ਅੱਛਾ ਜੇ ਨੈਸ਼ਨਲ ਐਵਰੇਜ ਨੂੰ ਨਾਲ ਮਿਲਣਾ ਤੇ ਹਾਂਜੀ ਸੌਰੀ ਸੌਰੀ ਦੋ ਹਸਪੀਟਲ ਚਾਹੀਦੇ ਨੇ ਹਮ ਪਰ ਜਾਂ ਇਹ ਕਹਿ ਲਵੋ ਖੈਰ ਮੈਥਮੈਟਿਕਸ ਦੀ ਗੱਲ ਹੈ ਪਰ ਜੇ ਤੁਸੀਂ ਦੇਖਦੇ ਆ ਕਿ ਜੇ ਸਰੀ ਦੇ ਵਿੱਚ 20 ਗੁਣਾ ਪੋਪੂਲੇਸ਼ਨ ਹੈ ਪਰ ਯੂਨਿਟ ਤਾਂ ਇੱਥੇ ਆ ਕੇ ਆਪਾਂ ਨੂੰ ਸੈਟਲ ਕਰਨਾ ਪੈਣਾ ਹੈ ਕਿ 20 ਹਸਪਤਾਲ ਚਾਹੀਦੇ ਨੇ ਜੀ ਐਵਰੇਜ ਉੱਥੇ ਤੱਕ ਰੱਖਣ ਦੇ ਲਈ ਮੈਂ ਮਾਫੀ ਚਾਹੁੰਦਾ ਗਲਤ ਹੋ ਗਿਆ ਗਰਲਸ ਆ ਬਿਟ ਲੱਗੇ ਨਿੱਕੇ ਨਿੱਕੇ ਸ਼ਹਿਰ ਨੇ ਉਹਨਾਂ ਦਾ ਭਾਰ ਵੀ ਤੇ ਸਰੀ ਦੇ ਹਸਪਤਾਲ ਤੇ ਕਾਫੀ ਪੈਂਦਾ ਬਿਲਕੁਲ ਦੇਖੋ ਜਿਹੜੇ ਡੈਲਟਾ ਦੇ ਲੋਕ ਨੇ ਉਹ ਵੀ ਸਰੀ ਮੋਰਲ ਹਸਪਤਾਲ ਜਾਂਦੇ ਨੇ ਕਿਉਂ ਕਿ ਕਿਉਂਕਿ ਇਹ ਕਨਵੀਨੀਅੰਟ ਆ ਸਿਰਫ ਇੱਕ ਸੜਕ ਡਿਵਾਈਡ ਕਰਦੀ ਆ ਦੋ ਸ਼ਹਿਰਾਂ ਦੀ ਬਾਉਂਡਰੀ ਨੂੰ ਜਦੋਂ ਬਿਮਾਰ ਹੁੰਦਾ ਲੋਕ ਕੋਈ ਵਿਅਕਤੀ ਜਾਂ ਉਹਨੂੰ ਕੋਈ ਟਰਬਲ ਹੈ ਪੇਨ ਹੈ ਤਾਂ ਉਹ ਹਸਪੀਟਲ ਨੇੜੇ ਵਾਲੇ ਹਸਪੀਟਲ ਜਾਂਦੇ ਨੇ ਨੇੜੇ ਵਾਲਾ ਹਸਪੀਟਲ ਉਹਨਾਂ ਨੂੰ ਸਹਰੀ ਦਈ ਪੈਂਦਾ ਸੋ ਇਸ ਕਰਕੇ ਸਾਊਥ ਸਹਰੀ ਤੋਂ ਤੁਸੀਂ ਇਹ ਕਹਿ ਲਓ ਕਿ ਡੈਲਟਾ ਤੋਂ ਲੋਕ ਸਾਰੇ ਇਸ ਹਸਪੀਟਲ ਜਾਂਦੇ ਨੇ ਉਹਦੇ ਨਾਲ ਹੋਰ ਹਸਪੀਟਲ ਤੇ ਪੋਪੂਲੇਸ਼ਨ ਦਾ ਬਰਡਨ ਵੱਧ ਰਿਹਾ ਇਸ ਤੋਂ ਬਿਨਾ ਜਿਹੜੇ ਸਟੂਡੈਂਟਸ ਨੇ ਜਾਂ ਵਿਜ਼ਿਟਰਸ ਨੇ ਉਹ ਵੀ ਜਦੋਂ ਕੋਈ ਪ੍ਰੋਬਲਮ ਪੈਂਦੀ ਹੈ ਉਸੇ ਹਸਪਤਾਲ ਜਾਂਦੇ ਨੇ ਸੋ ਜਿਹੜਾ ਇਹ ਅਨਾਉਂਸਮੈਂਟਾਂ ਕਰਨੀਆਂ ਨੇ ਇਹ ਇਨਫ ਨਹੀਂ ਹੈ ਗਰਲ ਸਾਹਿਬ ਜਿਹੜੀ ਤੁਸੀਂ 7 ਲੱਖ ਦੀ ਗਿਣਤੀ ਦੱਸੀ ਹੈ ਤੇ ਅਜੇ ਇਹਦੇ ਵਿੱਚ ਜਿਹੜੇ ਨੌਨ ਇਮੀਗ੍ਰੈਂਟਸ ਨੇ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ ਕਾਊਂਟ ਹੋਏ ਹੋਣਗੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਚ ਆਉਂਦੇ ਵਿਜ਼ਿਟਰਸ ਜਿਹੜੇ ਪਰਿਵਾਰਾਂ ਕੋਲ ਆਏ ਇੱਕ ਜਿਹੜੇ ਟੂਰਿਸਟ ਉਹ ਨਹੀਂ ਕਾਊਂਟ ਹੁੰਦੇ ਹੋਣਗੇ ਉਹ ਸਾਰਾ ਭਾਰ ਵੀ ਤੇ ਇਸੇ ਹਸਪਤਾਲ ਦੇ ਉੱਤੇ ਹੀ ਪੈਣਾ ਮੇਰੇ ਖਲ ਜੱਜ ਮੋਟਾ ਮੋਟਾ ਸਾਬ ਲਈਏ ਲੱਖ 2 ਲੱਖ ਤੋਂ ਗਿਣਤੀ ਉਹਨਾਂ ਦੀ ਵੀ ਨਹੀਂ ਕੱਢਣੀ ਸੂਝੂ ਸਾਬ ਨ ਦੇਖਿਆ ਜੇ ਕਲੋਸ ਟੂ ਮਿਲੀਅਨ ਤੇ ਅਸੀਂ ਰਫਲੀ ਜਿਹੜਾ ਭਾਰ ਇੱਕ ਹਸਪਤਾਲ ਦੇ ਉੱਤੇ ਪੈ ਹੀ ਰਿਹਾ ਮੇਰੇ ਕੋਲ ਜਿਹੜੇ ਤੁਸੀਂ 20 ਹਸਪਤਾਲਾਂ ਦਾ ਨੰਬਰ ਦਿੱਤਾ ਉਹ ਸ਼ਾਇਦ 20 ਨਾਲ ਵੀ ਨਾ ਸਰੇ ਜਿਸ ਤਰੀਕੇ ਨਾਲ ਆਬਾਦੀ ਦਾ ਇੱਥੇ ਹਾਲਾਤ ਆ ਪਰ ਗ੍ਰਹਿਲ ਸਰਬ ਆਖਰਕਾਰ ਇੱਕ ਕਮੀ ਕਿੱਥੇ ਰਹਿ ਜਾਂਦੀ ਆ ਅਸੀਂ ਆਮ ਖਬਰਾਂ ਦੇਖਦੇ ਸੁਣਦੇ ਅਸੀਂ ਵੀ ਸਾਂਝੀਆਂ ਕਰਦੇ ਆਂ ਕਿ ਭਾਈਚਾਰੇ ਚੋਂ 10 ਵਿਅਕਤੀਆਂ ਨੂੰ ਟਿਕਟਾਂ ਮਿਲ ਗਈਆਂ ਭਾਈਚਾਰੇ ਚੋਂ 10 ਬੰਦੇ ਐਮਐਲਏ ਬਣ ਗਏ ਜੀ ਸਰੀ ਸ਼ਹਿਰ ਦੇ ਵਿੱਚ 10 ਐਮਐਲਏ ਸਾਰੇ ਭਾਈਚਾਰੇ ਦੇ ਜਿੱਤ ਗਏ ਪੰਜ ਮਨਿਸਟਰ ਇਸ ਮੌਕੇ ਸਰਕਾਰ ਦੇ ਵਿੱਚ ਉਹ ਜਿਹੜੇ ਭਾਈਚਾਰੇ ਤੋਂ ਨੇ ਪਰ ਫਿਰ ਇਹ ਕੀ ਆਪਸੀ ਤਰੀਕੇ ਨਾਲ ਕੀਡਰ ਨਹੀਂ ਕਰ ਪਾਉਂਦੇ ਜਾਂ ਲ lobby ਨਹੀਂ ਕਰਦੇ ਇੱਕ ਦੂਜੇ ਵੱਲ ਜਿਆਦਾ ਪੋਲਿਟਿਕਸ ਵੱਲ ਜਿਆਦਾ ਧਿਆਨ ਰੈਦਰ ਦੈਨ ਉਹ ਲੋਕਾਂ ਨੂੰ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਨ ਨਾਲ ਕਮੀ ਤੇ ਕਿਤੇ ਨਾ ਕਿਤੇ ਰਹਿੰਦੀ ਆ ਏਡਾ ਵੱਡਾ ਭਾਈਚਾਰਾ ਹੋਏ ਏਡੀ ਆਵਾਜ਼ ਬੁਲੰਦ ਹੋਈ ਹੋਏ ਐਮ ਐਲ ਏ ਐਮ ਪੀ ਜਿੱਤੇ ਹੋਣ ਮਿਨਿਸਟਰ ਨੈਸ਼ਨਲ ਫੈਡਰਲ ਲੋਕਲ ਪ੍ਰੋਵਿੰਸ਼ੀਅਲ ਬਣੇ ਹੋਣ ਜਿਹੜੀ ਮੌਕੇ ਦੀ ਮਿਊਨਿਸਪਲ ਗਵਰਨਮੈਂਟ ਆ ਉਹਦੇ ਵਿੱਚ ਹਿੱਸੇਦਾਰੀ ਹੋਏ ਤੇ ਫਿਰ ਇਹ ਲੌਬੀ ਕਿਉਂ ਨਹੀਂ ਕੀਤੀ ਜਾਂਦੀ ਇਸ ਤਰੀਕੇ ਨਾਲ ਇਹਨਾਂ ਮੁੱਦਿਆਂ ਦੀ ਬਿਲਕੁਲ ਤੁਹਾਡਾ ਇਹ ਬਹੁਤ ਵਾਜਿਬ ਕੁਐਸਚਨ ਆ ਅਕਸਰ ਲੋਕਾਂ ਨੂੰ ਇਹ ਕੁਐਸਚਨ ਜਦੋਂ ਕੈਂਡੀਡੇਟ ਵੋਟਾਂ ਮੰਗਣ ਜਾਂਦੇ ਨੇ ਪੁੱਛਣੇ ਚਾਹੀਦੇ ਨੇ ਤੇ ਲੋਕਾਂ ਨੂੰ ਵੀ ਇਹਦੇ ਤੇ ਐਮਫਸਾਈਜ਼ ਕਰਨਾ ਚਾਹੀਦਾ ਇਸ ਚੀਜ਼ ਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਬੜੇ ਅਨਯੂਜੂਅਲੀ 2023 ਦੇ ਵਿੱਚ ਡਾਕਟਰਾਂ ਨੇ ਆਵਾਜ਼ ਉਠਾਈ ਸੀ ਹਸਪੀਟਲ ਵਰਕਰਸ ਨੇ ਆਵਾਜ਼ ਉਠਾਈ ਸੀ ਉਹਨਾਂ ਨੇ ਇਨਫੈਕਟ ਅਲਾਰਮ ਕੀਤਾ ਕਮਿਊਨਿਟੀ ਨੂੰ ਉਹਨਾਂ ਨੇ ਕਿਹਾ ਕਿ ਹਸਪੀਟਲ ਜਿਹੜਾ ਇਹ ਬੈਡ ਨਹੀਂ ਹੈ ਇਹ ਕ੍ਰਾਈਸਿਸ ਮੋਡ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਹਸਪੀਟਲ ਅਨਸੇਫ ਕੰਡੀਸ਼ਨ ਦੇ ਵਿੱਚ ઓਪਰੇਟ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸਾਨੂੰ ਪੋਲਿਟਿਸ਼ੀਅਨ ਸਾਨੂੰ ਦੱਸ ਰਹੇ ਨੇ ਉਹਨਾਂ ਦੀ ਜਿਹੜੀ ਗੱਲਬਾਤ ਹੈ ਕਮਿਊਨਿਟੀ ਨੂੰ ਦੱਸਣ ਲਈ ਉਹ ਇਨਕੰਪਲੀਟ ਹੈ ਸੋ ਉਸ ਤੋਂ ਬਾਅਦ ਫਿਰ ਗਵਰਨਮੈਂਟ ਦੇ ਥੋੜਾ ਜਿਹਾ ਕੰਮ ਤੇ ਜੁਨ ਸਰਕੀ ਹੈ ਤੇ ਉਸ ਤੋਂ ਬਾਅਦ ਫਿਰ ਹੈਲਥ ਮਿਨਿਸਟਰੀ ਹੈਡian ਡਿਕਸ ਨੇ ਕਿਹਾ ਕਿ 30 ਐਕਸ਼ਨ ਲਏ ਜਾ ਰਹੇ ਨੇ ਹਸਪੀਟਲ ਸਿਚੁਏਸ਼ਨ ਨੂੰ ਇੰਪਰੂਵ ਕਰਨ ਦੇ ਲਈ ਉਹਨਾਂ ਨੇ ਕੁਝ ਗਿਣੇ ਵੀ ਨੇ ਕਿ ਅਸੀਂ 21 EMPLOYE ਨਵੇਂ ਹਾਇਰ ਕੀਤੇ ਨੇ ਉਹਨਾਂ ਦੇ ਵਿੱਚ ਇੰਟਰਨਲ ਮੈਡੀਸਨ ਦੇ ਫਿਜ਼ੀਸ਼ੀਅਨਸ ਨੇ 75 ਨਰਸਸ ਨੂੰ ਹਾਇਰ ਕੀਤਾ 117 ਗ੍ਰੈਜੂਏਟ ਨੂੰ ਹਾਇਰ ਕਰਨ ਜਾ ਰਹੇ ਆ 164 EMPLOYEES ਨੂੰ ਹਾਇਰ ਕਰਨ ਜਾ ਰਹੇ ਆ ਦੇਖੋ ਜਿਹੜੀ ਇਹ ਪ੍ਰੋਬਲਮ ਆ ਹਸਪੀਟਲ ਦੀ ਇੱਕ ਹੈ ਬੈਡਸ ਦੀ ਇੱਕ ਹੈ ਡਾਕਟਰਾਂ ਦੀ ਇੱਕ ਹੈ ਨਰਸਸ ਦੀ ਇੱਕ ਹੈ ਇੱਕ ਕੰਪਲਿਕੇਟਡ ਇਸ਼ੂ ਹੈ ਇਹਨੂੰ ਹਾਸਲ ਕਰਨ ਦੇ ਲਈ ਜਾਂ ਸੋਲਵ ਕਰਨ ਦੇ ਲਈ ਗਵਰਨਮੈਂਟ ਦੇ ਕੋਲ ਨਾ ਤਾਂ ਇਨਾਫ ਰਿਸੋਰਸਸ ਨੇ ਨਾ ਹੀ ਉਹਨਾਂ ਦੇ ਕੋਲ ਇੱਕ ਗੁੱਡ ਉਹਨਾਂ ਕੋਲੇ ਵਿਲ ਹੈ ਉਹਨਾਂ ਦੀ ਤਮੰਨਾ ਨਹੀਂ ਹੈ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਇਹ ਤਮੰਨਾ ਹੋਵੇ ਤਾਂ ਜਿਹੜੇ ਬਾਹਰੋਂ ਬਾਹਰੋਂ ਡਾਕਟਰ ਪੜ੍ਹ ਕੇ ਆਉਂਦੇ ਨੇ ਕੈਨੇਡੀਅਨ ਸਿਟੀਜ਼ਨ ਨੇ ਪਰ ਉਹ ਕਰੀਬੀਅਨ ਕੰਟਰੀਜ਼ ਤੋਂ ਜਾਂ ਅਮਰੀਕਾ ਤੋਂ ਪੜਨ ਜਾਂਦੇ ਨੇ ਉਹਨਾਂ ਨੂੰ ਵਾਪਸ ਵਾਰਮ ਉਹਨਾਂ ਨੂੰ ਵੈਲਕਮ ਕੀਤਾ ਜਾਵੇ ਤਾਂ ਕਿ ਉਹ ਕੈਨੇਡਾ 'ਚ ਹੀ ਰਹਿਣ ਉਹ ਅਮਰੀਕਾ 'ਚ ਕਿਉਂ ਡਾਕਟਰ ਮੈਡੀਸਨ ਦੀ ਪ੍ਰੈਕਟਿਸ ਕਰਦੇ ਨੇ ਕਿਉਂਕਿ ਕੈਨੇਡਾ ਉਹਨਾਂ ਨੂੰ ਇੱਥੇ ਰੱਖ ਕੇ ਰਾਜੀ ਨਹੀਂ ਉਹਨਾਂ ਨੂੰ ਬੁਲਾ ਨਹੀਂ ਰਿਹਾ ਉਹਨਾਂ ਦੇ ਆਉਣ ਦੇ ਲਈ ਮੂਰੇ ਰੋੜੇ ਠਕਾ ਰਹੇ ਨੇ ਇਹ ਪ੍ਰੋਬਲਮਾਂ ਸੋਲਵ ਕਰਨ ਦੇ ਲਈ ਪੋਲੀਟੀਕਲ ਵਿਲ ਵੀ ਤੇ ਸਟ੍ਰੈਟੈਜੀਕ ਡਿਸੀਜਨ ਵੀ ਇੱਕ ਵਿਜ਼ਨ ਦੀ ਲੋੜ ਹੈ ਜਿਹੜੀ ਕਿ ਇਸ ਵੇਲੇ ਲੈਕ ਕਰ ਰਹੀ ਹੈ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਕੀ ਕਰਨਾ ਹੈ ਆਮ ਲੋਕਾਂ ਨੇ ਵੀ ਕਿਸੇ ਲੀਡਰ ਦੀ ਲੋਕਪ੍ਰਿਅਤਾ ਕਿੰਨੀ ਆ ਉਹ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬਹੁਤ ਲੋਕਪ੍ਰੀਆ ਲੀਡਰ ਆ ਜੀ ਜੇ ਲੋਕਾਂ ਨੂੰ ਅਸੀਂ ਅਸੀਂ ਕੈਨੇਡਾ ਦੇ ਅਸੀਂ ਇਹ ਗੱਲਬਾਤ ਜਿਹੜੀ ਹੁਣੇ ਕੀਤੀ ਅਸੀਂ ਤੁਹਾਨੂੰ ਦੱਸਦੀਏ ਕਿ ਕੈਨੇਡਾ ਦੇ ਹਸਪਤਾਲ ਦੀ ਗੱਲ ਕਰਦੇ ਪਏ ਆ ਕੈਨੇਡਾ ਦੇ ਸ਼ਹਿਰਾਂ ਦੀ ਗੱਲ ਕਰ ਰਹੇ ਆ ਜਿੱਥੇ ਜਿੱਥੇ ਹਸਪਤਾਲਾਂ ਦੀ ਲੋਡ ਅਸੀਂ ਕਿਸੇ ਹੋਰ ਮੁਲਕ ਦੀ ਗੱਲ ਨਹੀਂ ਕਰ ਰਹੇ ਤੁਸੀਂ ਦੇਖੋ ਕਿ ਹਿਊਮਨ ਰਾਈਟਸ ਵੋਲੇਸ਼ਨ ਦੀ ਗੱਲ ਕਰਦਾ ਹੈ ਕੈਨੇਡਾ ਕਿ ਅਸੀਂ ਮਨੁੱਖੀ ਅਧਿਕਾਰ ਜਿੱਥੇ ਹੋਣਗੇ ਉੱਥੇ ਕੈਨੇਡਾ ਪਹਿਲੇ ਤੇ ਆ ਕੇ ਖੜੂਗਾ ਤੇ ਦੇਸ਼ ਤੇ ਲੋਕ ਜਿਹੜੇ ਆ ਉਹ ਹਸਪਤਾਲਾਂ ਦੇ ਵਿੱਚ ਦਿਖੇ ਨਾ ਜਾਈ ਜਿਹੜੇ ਟੈਕਸਪੀਅਰਸ ਨਹੀਂ ਤੇ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ ਉਹ ਜ਼ਿੰਮੇਵਾਰੀ ਕਿੰਨੇ ਲੈਣੀ ਆ ਸੋ ਠੀਕ ਆ ਦੂਜਿਆਂ ਦੇਸ਼ਾਂ ਨੂੰ ਪੈਸਾ ਦੇਣਾ ਬਹੁਤ ਜ਼ਰੂਰੀ ਹੈ ਪਰ ਪਹਿਲਾਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਘਰੇ ਜੱਗ ਬਲਦੀ ਹੋਏ ਤੇ ਪਾਣੀ ਤੁਸੀਂ ਹੋਰਾਂ ਨੂੰ ਜਾ ਕੇ ਪਿਆਈ ਜਾਓ ਜੇ ਉਧਰ ਵਰਤੋ ਹੀ ਨਾ ਤੇ ਉਹਦਾ ਕੀ ਫਾਇਦਾ ਕੌਣ ਉਸ चीज ਨੂੰ ਸਲਾਊਗਾ ਸੋ ਇਹ ਲੋਕਾਂ ਦੇ ਮੁੱਦੇ ਨੇ ਜੇ ਹੱਲ ਨਾ ਹੋਣਗੇ ਤਾਂ ਇਹ ਕਿਸ ਪਾਸੇ ਨੂੰ ਕੈਨੇਡਾ ਜਾਊਗਾ ਆਉਣ ਵਾਲੇ ਸਮੇਂ 'ਚ ਮੁਸ਼ਕਲ ਮੁਸੀਬਤ ਪਰੇਸ਼ਾਨੀਆਂ ਹਰ ਇੱਕ ਵਾਸਤੇ ਜ਼ਰੂਰ ਬਣੇਗੀਆਂ ਅਸੀਂ ਇਮੀਗ੍ਰੇਸ਼ਨ ਤੇ ਸੱਦੀ ਜਾਣੀ ਪਰ ਉਹਨੂੰ ਸਾਹਮਣਾ ਕਿੱਦਾਂ ਉਧਰ ਲਈ ਪ੍ਰੋਪਰ ਘਰ ਚਾਹੀਦੇ ਪ੍ਰੋਪਰ ਸਕੂਲ ਚਾਹੀਦੇ ਪ੍ਰੋਪਰ ਹਸਪਤਾਲ ਚਾਹੀਦੇ ਪ੍ਰੋਪਰ ਡਾਕਟਰਸ ਚਾਹੀਦੇ ਪ੍ਰੋਪਰ ਨਰਸਿਸ ਟੀਚਰਸ ਉਹਨਾਂ ਨੂੰ এনਵਾਇਰਨਮੈਂਟ ਦੇਣਾ ਪੈਣਾ ਇਕਵਿਪਮੈਂਟ ਦੇਣ ਇਮੀਗ੍ਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਸਰਕਾਰ ਦੀ ਹੁੰਦੀ ਬਾਕੀਆਂ ਚੀਜ਼ਾਂ ਨੂੰ ਮੁਹैया ਕਰਾਉਣ ਦੀ ਜ਼ਿੰਮੇਵਾਰੀ ਵੀ ਬਣਦੀ ਆ